किरण दोस्तों की हालचाल, मैं ना संदीप, वेलकम टू माय चैनल। सो सारे थैंक यू वीडियोस लाइक कर रहे हो, चैनल सब्सक्राइब कर दो, वही वाले वीडियोस रिकमेंड कर रहे हो इना प्यार ते ना सपोर्ट ले, थैंक्स। सो गाइस, इनिया रिक्वेस्टा तो बाद ते आज मनु किनिया रिक्वेस्ट हो रही कि ते जाबी टोटे ते रिएक्शन दियो, ते जाबी टोटे ते रिएक्शन दियो। सो अज ते जाबी टोटे ते लेके आए क्रिकेट ऑल फनी ते जाबी टोटे। सो चलो वीडियो भेजते हैं ते रिएक्शन देने हैं। नाजरीन साडे नाल खलोते ने सलमान बट, जिन्हां दे पाबंदी इस तरह लगी है जिवें कूलर नाल टूटी लगी हुंदी है। आओ इन्हां नूं पुछदे आ कि इस पाबंदी बारे की कहिंदे ने। सलमान भाई, एडी छोटी उम्र जे बंदे नूं शुगर नहीं लगती, तुसी पाबंदी लवा ली आ, की ख्याल है तुहाडे नाल, ज्यादती नहीं होई? मेरा 2 सालां तों नंबर नहीं सी लग रहा, उन्होंने पाबंदी लाती। मैं क्या, चलो कुछ लगा तो है ना, होई मेरे नाल ज्यादती आ। देखो मैच फिक्सिंग मैं की करनी आ, अजे तो मैनूं मैसेज सेंड करना नहीं आउंदा। पहले तो मैं बड़ा खुश होया कि पता नहीं की लगा, फिर मेरे खालू ने तफसील ना समझाया कि ए पाबंदी लगी, मरे तनखाह नहीं लगी, एडा खुश ना हो। बस मैनूं समझ लग गई कि मैं कौम दा हीरो बन गया। अच्छा ये दसो कि जदों तुसी बैटिंग कर रहे होंदे जे ते मुंह च की पड़न दे होंदे जे? बड़ा अच्छा सवाल कीता जे। मैनू एक बाबे ने यह मंत्र दिता सी, कहिंदा सी कि तू जदों तक ये पढ़दा रहेगा तो फड़िया नहीं जाएगा, पर मैं फड़िया गया ते अल्लाह दी मेहरबानी नाल बाबा भी फड़िया गया। ओ नहीं जी, सानू मेहनत करन दी केड़ी लोड़ आ, मुखालफ टीम नू असी नोटां दे टप च गोते ही इन्ने दित्ते ने कि असी मैच ऑटोमैटिक जित जाणा। हाँ जी हाँ जी, बिल्कुल इस तरह तुहाडी जित पक्की है। ये दसो भी अगर मैच खेलदिया होया ਤੁਹਾਡੀ ਮੁਖਾਲਫ ਟੀਮ ਦਾ ਜ਼ਿਹਨ ਬਦਲ ਗਿਆ ਤੇ ਫਿਰ ਤੁਸੀਂ ਕੀ ਕਰੋਗੇ? ਦੇਖੋ ਜੀ, ਜਿਹੜੇ ਕਰੋੜਾਂ ਰੁਪਈਆਂ ਦੀ ਟੈਨਸ਼ਨ ਲੈ ਸਕਦੇ ਆ ਉਹ 8-10 ਕਤਲ ਵੀ ਸਿਰ ਤੇ ਲੈ ਸਕਦੇ ਨੇ। ਕੱਲੀਆਂ ਪੇਮੈਂਟਾਂ ਹੀ ਨਹੀਂ ਦਿੱਤੀਆਂ ਗਈਆਂ, ਕਸਮਾਂ ਤੇ ਵਾਅਦੇ ਵੀ ਦਿੱਤੇ ਗਏ ਨੇ। ਮਿਸਾਲ ਦੇ ਤੌਰ ਤੇ ਸਾਡੀ ਪੂਰੀ ਟੀਮ 7 ਸਕੋਰਾਂ ਤੇ ਵੀ ਆਊਟ ਹੋ ਜਾਵੇ ਨਾ ਤੇ ਦੂਸਰੀ ਟੀਮ ਨੂੰ 5 ਸਕੋਰਾਂ ਤੇ ਆਊਟ ਹੋ ਕੇ ਇਹੋ ਹੀ ਬਿਆਨ ਦੇਣਾ ਪੈਣਾ ਵੀ ਕ੍ਰਿਕਟ ਬਾਈ ਚਾਂਸ ਗੇਮ ਹੈ, ਨੈਕਸਟ ਚੰਗਾ ਖੇਡਾਂਗੇ। ਠੀਕ ਹੈ ਤੁਹਾਡੀ ਗੱਲ, ਮਗਰ ਮੈਂ ਇੱਕ ਗੱਲ ਕਹਾਂਗਾ ਕਿ ਇਸ ਤਰ੍ਹਾਂ ਮੈਚ ਜਿੱਤਣ ਦਾ ਮਜ਼ਾ ਨਹੀਂ ਆਉਂਦਾ। ਮੈਚ ਜਿੱਤਣ ਦਾ ਮਜ਼ਾ ਕਿਹਨੇ ਲੈਣਾ ਹੁੰਦਾ ਜੀ? ਮਜ਼ਾ ਤੇ ਉਹਨਾਂ ਨੋਟਾਂ ਦੀਆਂ ਕਾਪੀਆਂ ਦਾ ਲਈਦਾ ਜਿਹੜੀਆਂ ਕੱਢਦਿਆਂ ਹੋਇਆਂ ਜੇਬੀ 'ਚ ਫਸ ਜਾਂਦੀਆਂ ਨੇ। ਲਓ ਫਿਰ ਆਪਣੇ ਇਸ ਚਾਚੇ ਨੂੰ ਨਹੀਂ ਭੁੱਲਣਾ, ਖਰਚਾ ਪਾਣੀ ਮਿਲ ਜਾਏਗਾ। ਨਾਜ਼ਰੀਨ, ਜਿਉਂ ਜਿਉਂ ਪਾਕਿਸਤਾਨ ਦੀ ਟੀਮ ਆਊਟ ਹੁੰਦੀ ਗਈ, ਜੋ ਸ਼ੀਲੇ ਤਮਾਸ਼ਾਈਆਂ ਦੇ ਮੂੰਹ ਚੂਸੀ ਹੋਈ ਅੰਬ ਦੀ ਗਿਟੇ ਕਰਕੇ ਹੋ ਗਏ ਤੇ ਕੋਈ ਪਾਕਿਸਤਾਨੀ ਐਸਾ ਨਹੀਂ ਹੋਣਾ ਜਿਹਨੇ ਸਿਰ ਦਰਦ ਦੀਆਂ ਗੋਲੀਆਂ ਨਹੀਂ ਖਾਧੀਆਂ, ਤੇ ਕੁਛ ਤੇ ਇੰਨੇ ਜਜ਼ਬਾਤੀ ਸੀ ਕਿ ਹੱਥ ਮਾਰ ਮਾਰ ਕੇ ਉਹਨਾਂ ਨੇ ਮੱਥਿਆਂ ਤੇ ਡੈਂਟ ਪਾ ਲਏ ਤੇ ਕਈ ਸਮੋਕਰਾਂ ਨੇ ਟੈਨਸ਼ਨ 'ਚ ਆ ਕੇ ਆਪਣੀਆਂ ਹੀ ਮੁੱਛਾਂ ਸਾੜ ਲਈਆਂ। ਤੁਹਾਨੂੰ ਵੀ ਮੈਚ ਦਾ ਦੁੱਖ ਹੋਇਆ ਜੀ? ਦੁੱਖ ਦੀ ਗੱਲ ਕਰਦੇ ਹੋ, ਇੰਨਾ ਦੁੱਖ ਤੇ ਮੈਨੂੰ ਅੱਬੇ ਤੇ ਫੌਤ ਹੋਣ ਤੇ ਨਹੀਂ ਹੋਇਆ। ਇੰਨੀ ਭੈੜੀ ਤੇ ਮੇਰੀ ਨੂੰਹ ਨਹੀਂ ਹੈਗੀ ਜਿੰਨੀ ਪਾਕਿਸਤਾਨ ਦੀ ਟੀਮ ਆ। ਤੁਸੀਂ ਮੇਰੇ ਨਾਲ ਚੱਲੋ ਜੀ, ਉੱਥੇ ਸਾਰਾ ਮੱਲਾ ਮੈਚ ਤੋਂ ਬਾਅਦ ਨੱਕ ਨਾਲ ਲਕੀਰਾਂ ਕੱਢਣ ਡਿਆ। ਮੈਂ ਮੈਚ ਛੱਡ ਕੇ ਨਿੱਕੇ ਭਰਾ ਦੀ ਟਿੰਡ ਕਰਾਉਣ ਗਿਆ ਤੇ ਵਾਪਸ ਆ ਕੇ ਜਦੋਂ ਮੈਚ ਵੇਖਿਆ ਤੇ ਪਤਾ ਲੱਗਾ ਪਾਕਿਸਤਾਨ ਦੀ ਟੀਮ ਦੀ ਵੀ ਟਿੰਡ ਹੋ ਗਈ ਹੈ। ਨਾਜ਼ਰੀਨ, ਇਸ ਸ਼ਿਕਸਤ ਦਾ ਇੱਕ ਫਾਇਦਾ ਹੋਇਆ ਕਿ ਮੁਲਕ ਦੇ ਵਿੱਚ ਭਾਈਚਾਰਾ ਅਰੂਜ ਤੇ ਪਹੁੰਚ ਗਿਆ। ਦੁਸ਼ਮਣ ਦੁਸ਼ਮਣ ਦੇ ਗਲੇ ਲੱਗ ਕੇ ਰੋਂਦਾ ਰਿਹਾ, ਕੋਈ ਭੁੱਖਾ ਰਿਹਾ, ਕੋਈ ਸੌਂਦਾ ਰਿਹਾ, ਬਸ ਸਾਰਾ ਦਿਨ ਇਹੋ ਹੀ ਹੁੰਦਾ ਰਿਹਾ। ਬਾਕੀ ਕ੍ਰਿਕਟ ਦੇ ਨਾਕਦੀਨ ਕਹਿ ਰਹੇ ਨੇ ਕਿ ਪਾਕਿਸਤਾਨੀ ਟੀਮ ਨੇ ਆਊਟ ਹੋਣ ਦੇ ਨਵੇਂ ਤਰੀਕੇ ਇਜਾਦ ਕਰਕੇ ਸਾਇੰਸਦਾਨਾਂ 'ਚ ਆਪਣਾ ਨਾਂ ਲਿਖਾ ਲਿਆ। ਕੈਮਰਾਮੈਨ ਆਸਫ ਕਿਲੀ ਦੇ ਨਾਲ ਰਸ਼ੀਦ ਬੱਲਾ। ਨਵੇਂ ਤਰੀਕੇ ਦਾ ਆਊਟ ਹੋ ਗਿਆ, ਸਾਇੰਸਦਾਨਾਂ ਦੇ ਨਾਂ ਲਿਖਾ ਲਿਆ, ਸਭ ਤੋਂ ਬੈਸਟ ਲੱਗਿਆ। ਬੇਜ਼ਾਬੀ ਟੋਟੇ ਹੁਣ ਫੇਸ ਵਿੱਚ। ਉਹ ਇਹ ਤਾਂ ਬੱਚੇ ਆਪਣੇ, ਇੱਕ ਵਾਰੀ ਇੰਡੀਆ ਆਉਣ ਤਾਂ ਦਿਓ ਇਹਨਾਂ ਨੂੰ ਜਰਾ ਲੁਹਾਰਾਂ ਵਰਗੀਆਂ ਸ਼ਾਟਾਂ ਮਾਰ ਮਾਰ ਕੇ ਇਹਨਾਂ ਦੇ ਮੂੰਹ ਸੰਨੀ ਵਰਗੇ ਨਾਲ ਕਰਤੇ ਤੇ ਗੱਲ ਕਰਿਓ ਤੁਸੀਂ। ਪਾਕਿਸਤਾਨ ਨੇ ਜਿਹੜੇ ਮੈਚ ਜਿੱਤਨੇ ਸੀ ਜਿੱਤ ਲਿਆ, ਉਹ ਵੀ ਉਦੋਂ ਜਦੋਂ ਇਮਰਾਨ ਖਾਨ ਹੁੰਦਾ ਸੀ। ਹੁਣ ਤਾਂ ਸਾਡੇ ਕੋਲ ਲੂਡੋ ਨਹੀਂ ਜਿੱਤ ਸਕਦੇ, ਹੁਣ ਆਏ ਤਾਂ ਫਿਰ ਪੈਦਲ ਹੀ ਘਰ ਜਾਣਗੇ। ਤੁਹਾਡੀ ਤਿਆਰੀ ਪੂਰੀ ਆ? ਤਿਆਰੀ ਤਾਂ ਕਰੀਏ ਜੇ ਕੋਈ ਬੰਗਲਾਦੇਸ਼ ਦੀ ਟੀਮ ਆਉਂਦੀ ਹੋਵੇ। ਸਾਡੀ ਤਾਂ ਸਿਰਫ 6 ਖਿਲਾੜੀਆਂ ਦੀ ਟੀਮ ਹੋਵੇ ਤੇ ਸਾਡੇ ਕੋਲੋਂ ਫੇਰ ਨਹੀਂ ਜਿੱਤ ਸਕਦੇ। ਇੰਡੀਆ ਦਾ ਤੇ ਬਸ ਜੀ ਬਹਾਨਾ ਹੀ ਆ, ਮੈਂ ਤੇ ਚੱਲਾਂ ਉੱਥੇ ਤਾਜ ਮਹਿਲ ਵੇਖਣ। ਮੇਰੇ ਅੱਬੂ ਨੇ ਨਵਾਂ ਬਸਤਾ, ਨਵੀਆਂ ਜਰਾਬਾਂ, ਨਵੇਂ ਬੂਟ ਲੈ ਕੇ ਦਿੱਤੇ, ਕਹਿੰਦਾ ਜੇ ਚੰਗਾ ਖੇਲੂਗਾ ਫਿਰ ਤੈਨੂੰ ਬੱਲਾ ਵੀ ਲੈ ਕੇ ਦਊ। ਮੈਂ ਤੇ ਆਉਂਦਿਆਂ ਹੀ ਮੁੰਡਿਆਂ ਨੂੰ ਇੱਕੋ ਹੀ ਗੱਲ ਸਮਝਾਈ ਆ ਕਿ ਖੇਡਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੇਡਣਾ ਜੇ। ਟੂਰਨਾਮੈਂਟ ਦੀ ਫਿਕਰ ਤੇ ਕੋਈ ਨਹੀਂ ਸੀ, ਪਰ ਜਦੋਂ ਪਤਾ ਲੱਗਾ ਸ਼ੁਐਬ ਅਖਤਰ ਆ ਰਿਹਾ, ਅਸੀਂ ਕ੍ਰਿਕਟ ਬੋਰਡ ਨੂੰ ਲੋਹੇ ਦੇ ਯੂਨੀਫਾਰਮ ਬਣਾਉਣ ਦੀ ਦਰਖਾਸਤ ਦਿੱਤੀ, ਦੇਖੋ ਹੁਣ ਕੀ ਬਣਦਾ। ਕ੍ਰਿਕਟ ਬੋਰਡ ਨੂੰ ਲੋਹੇ ਦੀ ਯੂਨੀਫਾਰਮ, ਇਹਨਾਂ ਨੂੰ ਥੋੜੀ ਜੀ ਅਕਲ ਕਰਨੀ ਚਾਹੀਦੀ ਏ। ਇੱਥੇ ਕਿਤੇ ਠੰਡੀ ਨਹਿਰ 'ਚ ਡੁੱਬ ਕੇ ਮਰ ਜਾਣ, ਇੰਡੀਆ ਕੋਲੋਂ ਹਾਰ ਕੇ ਫੇਰ ਇੰਡੀਆ ਚੱਲੇ ਆ। ਸਰ ਆ ਮੇਰੇ ਕਸੂਰ ਹੈ, ਮੈਂ ਹੀ ਪੈੜਾ ਹਾਂ, ਪਰ ਹਰ ਵਾਰੀ ਦੀ ਤਰ੍ਹਾਂ ਇਹੋ ਕਹਾਂਗਾ ਕਿ ਮੈਂ ਚੰਗਾ ਖੇਲਣ ਦੀ ਕੋਸ਼ਿਸ਼ ਕਰੇਗੀ। ਦੇਖੋ ਜਨਾਬ, ਇਹਨਾਂ ਨੇ ਜੇ ਮੈਨੂੰ ਨਹੀਂ ਖੜਾਇਆ ਤਾਂ ਮੈਂ ਉਹਨਾਂ ਦਿਨਾਂ 'ਚ ਆਪਣੀ ਹੋਰ ਸਪੀਡ ਬਣਾ ਲਈ, ਹੁਣ ਤਾਂ ਮੈਂ ਦੌੜ ਕੇ ਸ਼ੇਖਪੁਰੋਂ ਦਹੀਂ ਫੜ ਲਿਆਉਣਾ। ਦੀਨ ਤਾਂ ਦੂਰੀ ਹਾਰਨ ਦੀ ਮੇਨ ਵਜ੍ਹਾ ਹੁੰਦੀ ਹੈ,
ਜੇ ਜਿਤਨਾ ਤਾਂ ਨਮਾਜ਼ ਕਾਇਮ ਕਰਨੀ ਪੈਣੀ। ਮੈਂ ਵੀ ਜਾ ਰਿਹਾ ਭਾਜੀ ਇੰਡੀਆ। ਵਾਹ ਜੀ ਵਾਹ, ਦੋ ਟੀਕੇ ਲਵਾ ਲਏ ਆ, ਬਸ ਚਾਰ ਤਾਕਤ ਦੇ ਟੀਕੇ ਹੋਰ ਰਹਿ ਗਏ। ਕਿੰਨੀ ਵਾਰੀ ਬੁਲਾਇਆ ਤੂੰ ਪਵੀਲੀਅਨ 'ਚ? ਬਾਹਰ ਨਹੀਂ ਸੀ ਆਉਂਦਾ। ਬਾਹਰ ਕਿਹੜਾ ਤੁਸੀਂ ਜੀ, ਦੇਖ ਵੰਡਣ ਲਏ ਸੀ। ਮੈਂ ਤੇ ਅੰਦਰ ਟ੍ਰੋਜ਼ਰ ਦੀ ਜੇਬ ਸੀ ਰਿਹਾ ਸੀ ਤਾਂ ਦੇਰ ਲੱਗ ਗਈ। ਮੈਂ ਮਹਿਸੂਸ ਕੀਤਾ ਵਾ ਕਿ ਅੱਜ ਦੇ ਮੈਚ ਦੇ ਵਿੱਚ ਤੈਨੂੰ ਵਾਹਵਾ ਗੁੱਸਾ ਚੜਿਆ ਸੀ, ਜਿਹਦੀ ਵਜ੍ਹਾ ਨਾਲ ਤੂੰ ਦੋ ਕੈਚ ਵੀ ਛੱਡੇ। ਆਪਸ ਦੀ ਗੱਲ ਆ, ਹਰ ਮੈਚ 'ਚ ਫੀਲਡਿੰਗ ਮੇਰੇ ਕੋ ਕਰਾਈ ਜਾਂਦੇ ਆ, ਵਾਰੀ ਵੂਰੀ ਦਿੰਦੇ ਨਹੀਂ, ਗੁੱਸਾ ਤਾਂ ਫਿਰ ਚੜ੍ਹ ਹੀ ਜਾਂਦਾ। ਫਰਜ਼ ਕਰੋ ਵਰਲਡ ਕੱਪ ਦਾ ਫਾਈਨਲ ਮੈਚ ਏ, 10 ਸਕੋਰ ਚਾਹੀਦਾ ਤੇ ਆਖਰੀ ਓਵਰ ਏ, ਜੇ ਇਸ ਮੌਕੇ ਤੇ ਤੁਹਾਨੂੰ ਭੇਜ ਦਿੰਦੇ ਨੇ ਬੈਟਿੰਗ ਵਾਸਤੇ ਤੇ ਕੀ ਹਿਕਮਤ ਅਮਲੀ ਇਖਤਿਆਰ ਕਰੋਗੇ? ਦੇਖੋ ਜੀ, ਜੇ ਇਹਨਾਂ ਨੇ ਵਾਰੀ ਮੈਨੂੰ ਇਹੋ ਜਿਹੀ ਸਿਚੁਏਸ਼ਨ 'ਚ ਦੇਣੀ ਆ ਤੇ ਫਿਰ ਇਹੋ ਜਿਹੀ ਓਫਰ ਨੂੰ ਮੈਂ ਪਵੀਲੀਅਨ 'ਚ ਬੈਠਾ ਚੰਗਾ। ਤੁਹਾਡੇ ਮੁਤਾਬਕ ਕ੍ਰਿਕਟ 'ਚ ਕੀ ਤਬਦੀਲੀ ਹੋਣੀ ਚਾਹੀਦੀ ਹੈ? ਪਹਿਲੀ ਤਬਦੀਲੀ ਇਹ ਕਿ ਗੇਂਦ ਦੇ ਉੱਤੇ ਥੋੜ੍ਹੀ ਜਿਹੀ ਟੇਪ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਹਰ ਫੀਲਡਰ ਨੂੰ ਖੇਡ ਦੇ ਦੌਰਾਨ ਵਾਕਮੈਨ ਦਿੱਤੀ ਜਾਵੇ। ਨਾਲੇ ਦੋਵੇਂ ਅੰਪਾਇਰ ਅੰਨੇ ਹੋਣੇ ਚਾਹੀਦੇ ਆ, ਜਿਨ੍ਹਾਂ ਦੀ ਗੱਲ ਦਾ ਇਤਬਾਰ ਵੀ ਆ ਜਾਵੇ। ਅੰਪਾਇਰਾਂ ਦੀ ਜਗ੍ਹਾ ਮੈਂ ਖਲੋ ਜਾ? ਕਿਹੜਾ ਅੰਨਾ, ਚੰਗੀ ਗੱਲ ਆ, ਨਹੀਂ ਤੇ ਮੈਂ ਤੈਨੂੰ ਪਵੀਲੀਅਨ 'ਚ ਬੈਠੇ ਹੀ ਆਊਟ ਦੇ ਦਿਆ ਕਰਨਾ ਸੀ। ਬੈਟਸਮੈਨ ਬੜੀ ਬੇਤਾਬੀ ਦੇ ਨਾਲ ਬੋਲਰ ਦਾ ਵੇਟ ਕਰਦੇ ਹੋਇਆ ਆਖਿਰਕਾਰ ਬੋਲਰ ਆਇਆ, ਬਾਲ ਕਰਾਈ ਤੇ ਉਹ ਪਈ ਉੱਡਦੀ ਹੋਈ ਗੇਂਦ। ਇੱਕ ਫੀਲਡਰ ਨੇ ਛੋਕੀ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਠੱਪੇ ਠੁੱਪੇ ਖਾਂਦੀ ਹੋਈ ਫੀਲਡਰ ਨੂੰ ਮੂੰਹ ਚੜਾਉਂਦੇ ਹੋਏ ਬਾਉਂਡਰੀਓਂ ਬਾਹਰ। ਇਹਦੇ ਨਾਲ ਹੀ ਮੋਬਲਿੰਗ ਦੀ ਟੀਮ ਦਾ ਸਕੋਰ ਹੋ ਗਿਆ 48। ਅੰਪਾਇਰ ਦਾ ਇਸ਼ਾਰਾ ਕਿ ਬਾਉਂਡਰੀ ਨਾਲੋਂ ਬੱਚੇ ਬੁੱਚੇ ਪਰੇ ਕਰ ਲਓ ਤੇ ਜੇ ਕਿਸੇ ਮੇਰੇ ਭਾਈ ਨੇ ਰੇਹੜੀ ਲਾਈ ਆ ਤੇ ਉਹ ਅੱਗੇ ਪਿੱਛੇ ਕਰ ਲਵੇ। ਨਾਜ਼ਰੀਨ, 2020 ਦੇ ਇਸ ਮੈਚ ਦੇ ਬਾਰੇ 'ਚ ਅਸੀਂ ਆਫਤਾਬ ਕੋ ਪੁੱਛਾਂਗੇ ਕਿ ਇਹਨਾਂ ਦੋਵਾਂ ਟੀਮਾਂ ਦੇ ਵਿੱਚੋਂ ਵਰਲਡ ਕੱਪ ਲਈ ਕੋਈ ਮੁੰਡਾ ਸਿਲੈਕਟ ਹੋ ਸਕਦਾ। ਤੁਸੀਂ ਆਹ ਵੇਖੋ ਨਾ, ਜਿਵੇਂ ਮੁੰਡਾ ਟੱਪ ਟੁੱਪ ਕੇ ਮਿਹਨਤ ਕਰ ਰਿਹਾ, ਇਹਨੇ ਲੱਤ ਬਾਂਹ ਤੁੜਵਾ ਲੈਣੀ ਹੈ, ਇਹੀ ਮਿਹਨਤ ਕਿਸੇ ਨੂੰ ਕਹਿਣ ਕੋ ਹੰਦ ਲਾਵੇ ਤੇ ਮੁੰਡਾ ਸਿਲੈਕਟ ਆ। ਓਹੋ ਆਫਤਾਬ ਸਾਹਿਬ, ਪਰ ਇਸ ਮੁੰਡੇ ਨੇ ਤਾਂ ਕੈਚ ਛੱਡ ਦਿੱਤਾ ਜੀ। ਇਹ ਤੁਸੀਂ ਖੁਸ਼ਕਿਸਮਤੀ ਸਮਝੋ, ਉਹਨੇ ਕੈਚ ਛੱਡਤਾ। ਅੱਜ ਕੱਲ ਦੇ ਦੌਰ 'ਚ ਕੋਈ ਕਿਸੇ ਨੂੰ ਰੁਪਈਆ ਨਹੀਂ ਛੱਡਦਾ। ਨਾਜ਼ਰੀਨ, 80 ਸਕੋਰਾਂ ਦੇ ਉੱਤੇ ਖੇਲ ਰਹੀ ਹੈ ਮੋਬਲਿੰਗ ਦੀ ਟੀਮ ਔਰ ਹਾਲੇ ਤੱਕ ਇਹਨਾਂ ਕੋਲ ਉਹਨਾਂ ਦੇ ਕਿਸੇ ਵੀ ਖਿਲਾੜੀ ਦਾ ਫੱਟਾ ਨਹੀਂ ਚੱਕਿਆ ਗਿਆ। ਬੋਲਰ ਨੇ ਗੇਂਦ ਮਾਲਦਿਆਂ ਨਰਮ ਕਰਦਿਆਂ ਹੋਇਆ ਬੈਟਸਮੈਨ ਨਾਲ ਕਦਮ ਵਧਾਏ, ਬਾਲ ਕਰਾਇਆ ਔਰ ਲਿਆਸ ਨੂੰ ਪੈ ਗਈ ਟਪਾਸ ਔਰ ਮਕਸੂਦ ਅੱਗੇ ਖਲਾਸ। ਆਫਤਾਬ ਸਾਹਿਬ, ਤੁਸੀਂ ਕੀ ਕਹੋਗੇ ਇਸ ਕੈਚ ਦੇ ਬਾਰੇ 'ਚ? ਉਹ ਨਾ ਜਗਾਈ ਜਾ ਘੜੀ ਮੁੜੀ, 2 ਮਿੰਟ ਰਹਿ ਗਏ, ਆਪੀ ਲੱਗਾ ਰੋ। ਇਮਤਿਆਜ਼ ਨੂੰ ਬਾਲ ਕਰਾਣਗੇ ਅਮਜਦ, ਅਮਜਦ ਬਾਲ ਲੈ ਕੇ ਅੱਗੇ ਆਇਆ, ਬਾਲ ਕਰਾਇਆ ਔਰ ਬਾਲ ਕਰਾਉਂਦੇ ਅਮਜਦ ਨੇ ਖੱਪ ਪਾਈ ਅੰਪਾਇਰ ਨੂੰ, ਛੱਕਾ ਦੇ ਅੰਪਾਇਰ ਨੇ ਕਿਉਂ ਉੱਡ ਦਿੱਤਾ। ਇਸ ਖੁਸ਼ੀ ਦੇ ਵਿੱਚ ਅਮਜਦ ਦੇ ਸਾਰੇ ਦੋਸਤਾਂ ਨੇ ਇੱਕ ਮਜ਼ੇਦਾਰ ਖੱਪ ਪਾਈ ਔਰ ਨਾਸਰ ਨੇ ਆਉਂਦੇ ਹੀ ਅਮਜਦ ਨੂੰ ਜੱਫੀ ਪਾਈ। ਰਜ਼ਾਕ ਬਾਲ ਕਰਾਉਣਗੇ ਇਮਰਾਨ ਨੂੰ, ਬਾਲ ਕਰਾਇਆ ਔਰ ਗੇਂਦ ਵਿਕਟਾਂ ਦਾ ਮੱਥਾ ਪਾੜਦੀ ਹੋਈ ਪਿੱਛੇ ਨਿਕਲ ਗਈ। ਮਾਂ ਫੀਲਡਰਾਂ ਨੇ ਆਕੇ ਰਜ਼ਾਕ ਦੀ ਮਾਲਿਸ਼ ਮੁਲਿਸ਼ ਕੀਤੀ ਕਿ ਥੱਕਣਾ ਨਹੀਂ। ਰਸ਼ੀਦ ਬਾਲ ਕਰਾਉਣਗੇ ਤੋਸੀਫ ਨੂੰ, ਰਸ਼ੀਦ ਨੇ ਬਾਲ ਕਰਾਇਆ, ਤੋਸੀਫ ਦੀ ਇੱਕ ਉੜਦੀ ਹੋਈ ਸ਼ਾਟ ਅੱਗੋਂ ਅੰਨੇ ਹੱਥ ਬਟੇਰਾ ਆ ਗਿਆ, ਅਸਲਮ ਰਾਂਝੇ ਨੇ ਕੈਚ ਫੜ ਲਿਆ। ਬਾਲਰ ਖੁਸ਼ੀ ਦੇ ਨਾਲ ਨਾਲੀਆਂ ਟੱਪ ਰਿਹਾ ਹੈ। ਅਦਨਾਨ ਮੁਬਸ਼ਰ ਨੂੰ ਬਾਲ ਕਰਾਉਣਗੇ, ਬਾਲ ਕਰਾਇਆ, ਮੁਬਸ਼ਰ ਨੇ ਅੱਗੇ ਨੀਵੀਂ ਜਿਹੀ ਸ਼ਾਟ ਖੇਡਦੇ ਹੋਏ ਦੌੜ ਲਾਤੀ, ਫੀਲਡਰ ਦੀ ਥਰੋ ਤੇ ਕੀਪਰ ਦੀ ਹੁਸ਼ਿਆਰੀ, ਵਿਕਟ ਉੱਡ ਗਏ ਵਿਚਾਰੀ। ਕੀਪਰ ਨੇ ਨਾਲ ਹੀ ਉੱਡਦਿਆਂ ਹੋਏ ਖੱਪ ਪਾਈ ਕਿ ਆਊਟ ਹੈ, ਅੰਪਾਇਰ ਨੇ ਕਿਹਾ ਸਬਰ ਕਰ ਔਰ ਆਊਟ। ਖੁਸ਼ੀ 'ਚ ਸਾਰੇ ਫੀਲਡਰ ਇਕੱਠੇ ਹੋ ਕੇ ਇੱਕ ਦੂਜੇ ਨੂੰ ਲਤੀਫੇ ਸੁਣਾ ਰਹੇ ਨੇ। ਕਾਮਰਾਨ ਬਾਲ ਕਰਾਉਣਗੇ ਗੋਸ਼ੀ ਨੂੰ, ਗੋਸ਼ੀ ਨੇ ਬੋਲਰ ਦਾ ਇੰਤਜ਼ਾਰ ਕੀਤਾ, ਬੋਲਰ ਨੇ ਬਾਲ ਕੀਤਾ ਤੇ ਗੋਸ਼ੀ ਨੇ ਅੱਗੇ ਆਊਟ ਹੋ ਗਿਆ। ਕਮਾਲ ਕੀਤਾ, ਸਾਰੇ ਫੀਲਡਰ ਦੂਰੋਂ ਦੂਰੋਂ ਆ ਕੇ ਖਿੱਚ ਖਿੱਚ ਕੇ ਸ਼ਾਬਾਸ਼ ਦੇ ਰਹੇ ਨੇ। ਹਫੀਜ਼ ਬਾਲ ਕਰਾਏਗਾ ਕਾਸ਼ਿਫ ਨੂੰ, ਹਫੀਜ਼ ਦਾ ਬਾਲ ਤੇ ਆਹ ਵੇਖੋ ਕਾਸ਼ਿਫ ਦਾ ਹਾਲ, ਮਾਰਿਆ ਗਿਆ ਵਿਚਾਰਾ ਗਰੀਬ ਦਾ ਬਾਲ। ਲਓ ਵੀ IPL ਦੀ ਇਸ ਗਰਾਊਂਡ ਨੂੰ ਚੂਨਾ ਕਥਾ ਲਾ ਦਿੱਤਾ ਗਿਆ ਹੈ ਤੇ ਤੁਸੀਂ ਵੀ 100 ਰਨ ਦੇ ਦਿੱਤੇ ਹੋਏ ਟੀਵੀ ਦਾ ਸੋਚ ਇਸ ਮਹਿੰਗੀ ਬਿਜਲੀ ਦੀ ਵੱਖੀ 'ਚ ਤੁਣ ਦਿਓ, ਕਿਉਂਕਿ ਇੱਥੇ ਹੋਣਗੇ ਉਹ ਮੈਚ ਜਿਨ੍ਹਾਂ ਦੀ ਨਾ ਕੋਈ ਮਾਤ ਨਾ ਕੋਈ ਪਿਓ। ਤੂੰ ਤਾਂ ਉਰਾਂ ਹੋ, ਇਹ ਦੱਸ ਵੀ ਅੱਜ ਦੀ ਇਸ ਪਿੱਚ ਦੇ ਉੱਤੇ ਗੇਂਦ ਉੱਭੜ ਕੇ ਨੱਕ ਤੇ ਵੱਜੇਗੀ ਜਾਂ ਰਿੜ ਕੇ ਗੋਡੇ ਭੰਨੇਗੀ? ਗੱਲ ਛੋਟੀ ਕਰਨੀ ਤੇ ਸਮਝ ਨਾ ਆਵੇ। ਲਓ ਜੀ, ਮੇਰੇ ਆਈਡੀਏ ਦੇ ਮੁਤਾਬਕ ਅਗਰ ਇਸ ਪਿੱਚ ਦੇ ਉੱਤੇ ਕ੍ਰਿਕਟ ਨੂੰ ਗੋਲੀ ਮਾਰ ਕੇ ਤੇ ਕੋਈ ਲਾਟੂ ਛੱਡਿਆ ਜਾਵੇ ਨਾ ਤੇ ਸਮਝ ਲਓ 2 ਘੰਟੇ ਤੱਕ ਰੁਕਣ ਨਹੀਂ ਲੱਗਾ। ਬਾਕੀ ਗੇਂਦ ਦੀ ਤੁਸੀਂ ਟੈਨਸ਼ਨ ਨਾ ਲਓ, ਜਿਹੜਾ ਪਲੇਅਰ ਨੱਕ ਤੇ ਮੱਖੀ ਨਹੀਂ ਪਹਿਨ ਦਿੰਦਾ ਉਹ ਆਲੂ ਵੀ ਨਹੀਂ ਪਹਿਨ ਦਿੰਦਾ। ਵਾਹ ਜੀ, ਇਸ ਪਿੱਚ ਉੱਤੇ ਜਿਤਨਾ ਦੱਕਣ ਚਾਰਜਿਸ ਨਹੀਂ ਆ, ਤੁਸੀਂ ਭਾਵੇਂ ਸ਼ਰਤ ਲਾ ਲਓ। ਲਾਓ ਫਿਰ ਸ਼ਰਤ। ਤੂੰ ਸ਼ਰਤ ਨਾ ਲਾ, ਜਾ ਕੇ ਟਿੰਡ ਤੇ ਤੇਲ ਲਾ, ਇਹ ਗੱਲਾਂ ਅੰਦਰ ਦੀਆਂ ਨੇ, ਤੈਨੂੰ ਨਹੀਂ ਸਮਝ ਲੱਗਣੀ। ਆਓ ਨਾਜ਼ਰੀਨ ਰਲ ਕੇ ਇਹ ਪਹਿਲੇ ਤੋਂ ਜਿੱਤਿਆ ਹੋਇਆ ਮੈਚ ਵੇਖਦੇ ਹਾਂ। ਦੋਸਤ ਦੋਸਤ ਨਾ ਰਹਾ, ਕੋਈ ਅਹਿਸਾਨ ਨਾ ਰਹਾ, ਐਸੀ ਵਜੀ ਹੈ ਚਬਲ ਮੁਝਸੇ, ਮੈਂ ਕਪਤਾਨ ਨਾ ਰਹਾ। ਮਾਫੀ ਨਹੀਂ ਮੰਗਣੀ, ਸਬਰ ਲੈ, ਮੈਂ ਇਹੀ ਕਹਿਣ ਆਇਆ, ਹੋਰ ਇੱਥੇ ਧੁੱਪ ਸੇਕਣ ਆਇਆ ਤੇ ਇਹ ਕਹਿਣਾ ਚਾਹੁੰਦਾ ਕਿ ਮੇਰੀ ਇਸ ਸ਼ਰਟ ਦਾ ਇੱਕ ਇੱਕ ਬਟਨ ਤੁਹਾਡੇ ਕੋਲ ਬਹੁਤ ਸ਼ਰਮਿੰਦਾ ਹੈ, ਤੁਹਾਡਾ ਅਹਿਸਾਨ ਹੋਏਗਾ ਜੇ ਮੇਰੇ ਜੋਗਰਾਂ ਨੂੰ ਮਾਫ਼ ਕਰ ਦਿਓ। ਨਹੀਂ ਨਹੀਂ, ਟੀਮ ਨੇ ਨਹੀਂ ਹਰਾਇਆ, ਮੈਂ ਇਕੱਲਾ ਜ਼ਿੰਮੇਦਾਰ ਹਾਂ, ਮੈਂ ਮੁਹੰਮਦ ਹਫੀਜ਼ ਖੁਦ, ਮੈਂ ਤੁਹਾਡੇ ਸਾਹਮਣੇ ਖਲੋਤਾ, ਮੈਨੂੰ ਲੰਮੇ ਪਾ ਕੇ ਜਿੰਨੀਆਂ ਮਰਜ਼ੀਆਂ ਉੱਥੇ ਛਾਲਾਂ ਮਾਰੋ ਤੇ ਨਾਲੇ ਟੀਮ ਹਾਰਨ ਦੀ ਵਜ੍ਹਾ ਇਹ ਆ, ਇਹਨਾਂ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ। ਪੰਜਾਹ ਕਿਹਦੇ ਆ? ਉਹ ਮੇਰੇ ਡਿੱਗੇ ਹੋਣੇ ਯਾਰ, ਮੈਚ ਸ਼ੁਰੂ ਹੋਣ ਤੋਂ ਪਹਿਲੇ ਕਿਹਾ ਕਿ ਮੇਰੇ ਨਾਲ ਕੋਈ ਇਖਤਲਾਫ ਆ ਤੇ ਮੈਨੂੰ ਦੱਸੋ।
ਸੋ ਗਾਇਸ ਇਹ ਸੀ ਵੀਡੀਓ, ਸੋ ਬਹੁਤ ਰਿਕੁਐਸਟ ਆ ਰਹੀ ਸੀ ਤੇਜ਼ਾਬੀ ਟੋਟੇ ਤੇ ਰਿਐਕਸ਼ਨ ਦਿਓ, ਸੋ ਅੱਜ ਰਿਐਕਸ਼ਨ ਕਰਤੀ, ਬਹੁਤ ਅਮੇਜ਼ਿੰਗ ਵੀਡੀਓ ਸੀ, ਕਿਆ ਯਾਰ ਕਮੈਂਟਰੀ ਕਰਦੇ ਪਿੱਛੇ, ਤੇ ਮਜ਼ਾ ਆ ਗਿਆ ਯਾਰ ਕਿ ਵਾਕਈ ਯਾਰ ਮਤਲਬ ਕਿਆ ਟੈਲੈਂਟ ਹੈ ਯਾਰ, ਵਾਕਈ ਮਜ਼ਾ ਆ ਗਿਆ, ਇਹੋ ਜਿਹੀ ਗੱਲਾਂ ਵਾਲਾ ਤੁਸੀਂ ਸੋਚ ਵੀ ਨਹੀਂ ਸਕਦੇ, ਸੋ ਇੰਨੀ ਵਧੀਆ ਕਮੈਂਟਰੀ ਕੀਤੀ, ਸੋ ਕਿਆ ਟੈਲੈਂਟ ਹੈ ਅਜ਼ੀਜ਼ ਜੀ ਦਾ, ਅਤੇ ਉਹਨਾਂ ਨੇ ਸਾਡੀ ਵੀਡੀਓਜ਼ ਵੀ ਦੇਖੀ ਹੋਈਆਂ ਰਿਐਕਸ਼ਨ ਵੀਡੀਓਜ਼, ਅਤੇ ਆਪਾਂ ਉਹਨਾਂ ਦੀ ਵੀਡੀਓਜ਼ 'ਤੇ ਰਿਐਕਸ਼ਨ ਦਿੱਤਾ ਹੋਇਆ, ਤੇਜ਼ਾਬੀ ਟੋਟੇ ਨਹੀਂ, ਉਹ ਇੱਕ ਸੀਰੀਅਲ 'ਤੇ ਰਿਐਕਸ਼ਨ ਕਰਦੇ ਆ, ਮਤਲਬ ਰਿਐਕਸ਼ਨ ਕਹਿੰਦਾ ਕਮੈਂਟਰੀ ਕਰਦੇ ਆ, ਸੋ ਉਹ ਵੀ ਬਹੁਤ ਪਸੰਦ ਕੀਤਾ ਸਾਰਿਆਂ ਨੇ, ਸੋ ਉਹਨਾਂ ਨੂੰ ਵੀ ਸਾਡੀ ਵੀਡੀਓ ਪਸੰਦ ਆਈ, ਆਪਾਂ ਰਿਐਕਸ਼ਨ ਦਿੱਤਾ, ਅਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਸੋ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਉੱਥੇ ਆ ਕੇ ਤੁਸੀਂ ਸਾਡੀ ਵੀਡੀਓ ਵੇਖ ਸਕਦੇ ਹੋ, ਅਤੇ ਜੀ ਪਿਆਰ ਅਤੇ ਸਪੋਰਟ ਦਿੰਦੇ ਰਹੋ, ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ, ਬਾਏ ਬਾਏ।